ਜਦੋਂ ਅਸੀਂ ਦੇਖਦੇ ਹਾਂ ਕਿ ਲੱਖਾਂ ਰੁਪਈਆਂ ਦੀਆਂ ਜਿਹੜੀਆਂ ਕੋਈ ਚੀਜ਼ਾਂ ਨੇਗੀਆਂ ਲੋਕ ਗੁਰਦੁਆਰਾ ਸਾਹਿਬ ਦੇ ਲਈ ਆ ਜਿਹੜਾ ਬਿਨਾਂ ਕਿਸੇ ਆਪਦਾ ਨਾਮ ਦੱਸੇ ਆ ਜਿਹੜਾ ਉਹ ਦਾਨ ਕਰ ਜਾਂਦੇ ਨੇਗੇ। ਵੀ ਆਸੇ ਪਾਸੇ ਜਦੋਂ ਮੇਰੇ ਤੁਸੀਂ ਦੇਖੋਗੇ ਤਮਾਮ ਵਹੀਕਲ ਉਹ ਨੇ ਜਿਹੜੇ ਲੋਕ ਬਿਨਾਂ ਦੱਸੇ ਹੀ ਦਾਨ ਕਰਕੇ ਨੇਗੇ। ਪਰ ਅੱਜ ਗੱਲ ਕਰਨ ਲੱਗਿਆਂ ਇਸ ਖਾਸ ਬੱਸ ਦੀ ਜਿਹੜੀ ਕਿ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਵੀ ਗੁਪਤ ਦਾਨ ਦੇ ਤੌਰ ਦੇ ਉੱਤੇ ਹੀ ਲੱਖਾਂ ਰੁਪਈਆਂ ਦੀ ਉਹ ਲਗਜ਼ਰੀ ਬੱਸ ਹੈ ਜਿਹੜੀ ਇਹ ਗੁਰੂ ਦੇ ਚਰਨੀ ਹੈ ਕੋਈ ਸ਼ਖਸ ਭੇਂਟ ਕਰਕੇ ਗਿਆ। ਪਰ ਇੰਨੀ ਵੱਡੀ ਜੇ ਕਿਹਾ ਜਾਵੇ ਤਾਂ ਉਹ ਲਗਜ਼ਰੀ ਬੱਸ ਜਿਹੜੀ ਤਿਆਰ ਕਰਕੇ ਸਪੈਸ਼ਲ ਗੁਰਦੁਆਰਾ ਸਾਹਿਬ ਨੂੰ ਭੇਂਟ ਕੀਤੀ ਹੈ ਅਤੇ ਇਹ ਵੀ ਤੁਸੀਂ ਦੇਖੋ ਕਿ ਆਪਦਾ ਕਿਤੇ ਨੌ ਤੱਕ ਹੈ ਜਿਹੜਾ ਉਸ ਬੰਦੇ ਨੇ ਨਾ ਮੈਂਸ਼ਨ ਕਰਿਆ ਨਾ ਦੱਸਿਆ ਹੈਗਾ ਮੋਡੀਫਾਈ ਕੀਤਾ ਹੈਗਾ ਕਿਉਂਕਿ ਸਿਰ ਜਿਹੜੀ ਬੱਸ ਦੀ ਬਾਡੀ ਹੈ ਜਿਸ ਤਰ੍ਹਾਂ ਜਦੋਂ ਲਾਈ ਗਈ ਹੈ ਤਾਂ ਉਦੋਂ ਬਾਅਦ ਵਿੱਚ ਜਦੋਂ ਇਹਨੂੰ ਮੋਡੀਫਾਈ ਕਰਿਆ ਤਾਂ ਪੂਰੇ ਧਾਰਮਿਕ ਤੌਰ ਦੇ ਉੱਤੇ ਰੀਤੀ ਰਿਵਾਜ਼ਾਂ ਨੂੰ ਦੇਖਦੇ ਹੋਏ ਹੀ ਤਿਆਰ ਕੀਤਾ ਗਿਆ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆਵੇ ਨਾ। ਤਾਂ ਇਹ ਇੱਕ ਤਸਵੀਰ ਦਿਖਾਉਂਦੀ ਹੈ ਗੁਰੂ ਦੇ ਪ੍ਰਤੀ ਪਿਆਰ ਦੇ ਉਸ ਸ਼ਖਸ ਦੀ ਜਾਂ ਕਹੀਏ ਕਿ ਉਹਨਾਂ ਲੋਕਾਂ ਦੀ ਜਿਹੜੇ ਉਰੇ ਲਗਾਤਾਰ ਸੇਵਾ ਕਰ ਰਹੇ ਨੇ। ਸਤਿ ਸ਼੍ਰੀ ਅਕਾਲ ਜੀ ਦੋਸਤੋ, ਅਸੀਂ ਅਕਸਰ ਦੇਖਦੇ ਹਾਂ ਵੀ ਸ਼ਰਧਾ ਅਤੇ ਦੂਜੇ ਪਾਸੇ ਗੁਰੂ ਦੇ ਪ੍ਰਤੀ ਪਿਆਰ ਨੂੰ ਦੇਖੀਏ ਤਾਂ ਉਹਦਾ ਮੁੱਲ ਨੀਗਾ ਕੋਈ ਰਹਿੰਦਾ ਹੈਗਾ ਵੀ ਆਖਰ ਤੁਸੀਂ ਕਿੰਨਾ ਪੈਸਾ ਕਿਸੇ ਚੀਜ਼ 'ਤੇ ਖਰਚ ਕਰਨ ਲੱਗੇ ਹੋ। ਇਹ ਠੀਕ ਗੱਲ ਉੱਥੇ ਬੈਠਦੀ ਹੈ ਜਦੋਂ ਅਸੀਂ ਦੇਖਦੇ ਹਾਂ ਕਿ ਲੱਖਾਂ ਰੁਪਈਆਂ ਦੀਆਂ ਜਿਹੜੀਆਂ ਕੋਈ ਚੀਜ਼ਾਂ ਨੇਗੀਆਂ ਲੋਕ ਗੁਰਦੁਆਰਾ ਸਾਹਿਬ ਦੇ ਲਈ ਆ ਜਿਹੜਾ ਬਿਨਾਂ ਕਿਸੇ ਆਪਦਾ ਨਾਮ ਦੱਸੇ ਆ ਜਿਹੜਾ ਉਹ ਦਾਨ ਕਰ ਜਾਂਦੇ ਨੇਗੇ ਤਾਂ ਕਿ ਉਹਨਾਂ ਦੀ ਸੇਵਾ ਵੀ ਲੱਗੇ। ਅਤੇ ਦੂਜੇ ਪਾਸੇ ਗੱਲ ਇਹ ਹੈ ਵੀ ਉਹਨਾਂ ਦੀ ਇਸ ਸੇਵਾ ਭਾਵ ਨੂੰ ਦੇਖੀਏ ਤਾਂ ਆਪਣੇ ਆਪ ਦੇ ਵਿੱਚ ਵਿਸ਼ਵਾਸ ਜਾਗਦਾ ਕਿ ਕਿੰਨਾ ਆਖਰ ਗੁਰੂ ਨੇ ਉਹਦੇ 'ਤੇ ਜਿਹੜਾ ਕਿ ਆਪਦਾ ਆਸ਼ੀਰਵਾਦ ਬਖਸ਼ਿਆ ਹੋਣਾ ਜਿਹਦੇ ਕਰਕੇ ਅੱਜ ਹਾਲਾਤ ਇਹ ਨੇ ਵੀ ਆਸੇ ਪਾਸੇ ਜਦੋਂ ਮੇਰੇ ਤੁਸੀਂ ਦੇਖੋਗੇ ਤਮਾਮ ਵਹੀਕਲ ਉਹ ਨੇ ਜਿਹੜੇ ਲੋਕ ਬਿਨਾਂ ਦੱਸੇ ਹੀ ਦਾਨ ਕਰਕੇ ਨੇਗੇ। ਪਰ ਅੱਜ ਗੱਲ ਕਰਨ ਲੱਗਿਆਂ ਇਸ ਖਾਸ ਬੱਸ ਦੀ ਜਿਹੜੀ ਕਿ ਸਿੰਘ ਸ਼ਹੀਦਾਂ ਸੋਹਾਣਾ ਸਾਹਿਬ ਧੰਨ ਧੰਨ ਅਮਰ ਸ਼ਹੀਦ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਦੇ ਇੱਥੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਵੀ ਗੁਪਤ ਦਾਨ ਦੇ ਤੌਰ ਦੇ ਉੱਤੇ ਹੀ ਲੱਖਾਂ ਰੁਪਈਆਂ ਦੀ ਉਹ ਲਗਜ਼ਰੀ ਬੱਸ ਹੈ ਜਿਹੜੀ ਇਹ ਗੁਰੂ ਦੇ ਚਰਨੀ ਹੈ ਕੋਈ ਸ਼ਖਸ ਭੇਂਟ ਕਰਕੇ ਗਿਆ। ਹਾਲਾਂਕਿ ਕੌਣ ਕਰਕੇ ਗਿਆ ਉਹਦਾ ਕੀ ਕੰਮ ਹੋਇਆ ਸੀ ਇਹਦੇ ਬਾਰੇ ਕੁਛ ਨਹੀਂ ਪਤਾ, ਪਰ ਉਹਨੇ ਆਪਦੇ ਗੁਰੂ ਦੇ ਪ੍ਰਤੀ ਪਿਆਰ ਨੂੰ ਲੈ ਕੇ ਜੇ ਗੱਲ ਕਰੀਏ ਤਾਂ ਇਹ ਲੱਖਾਂ ਰੁਪਈਆਂ ਦੀ ਲਗਜ਼ਰੀ ਬੱਸ ਹੈ ਜਿਹੜੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਸਵਾਰਾ ਸਾਹਿਬ ਦੇ ਲਈ ਹੈ ਜਿਹੜੀ ਭੇਂਟ ਕੀਤੀ ਆ। ਅਤੇ ਤੁਹਾਨੂੰ ਅੰਦਰੋਂ ਬੱਸ ਦੀਆਂ ਵੀ ਝਲਕੀਆਂ ਦਿਖਾਵਾਂਗੇ ਕਿ ਇੱਕ ਪੂਰਾ ਸਿਸਟਮ ਜਦੋਂ ਅਸੀਂ ਦੇਖਦੇ ਹਾਂ ਵੀ ਜਿਸ ਤਰ੍ਹਾਂ ਦੇ ਨਾਲ ਗੁਰੂ ਗ੍ਰੰਥ ਸਾਹਿਬ ਦੀ ਭੀੜ ਨੂੰ ਲੈ ਕੇ ਜਾਇਆ ਜਾਣਾ ਹੈ ਅਤੇ ਉਹਦੇ ਲਈ ਆ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਦੇਖੀਏ ਤਾਂ ਖਾਸ ਉਸੇ ਜੇ ਕਹੀਏ ਕਿ ਫੋਰਮੈਟ 'ਤੇ ਜਾਣੀ ਕਿ ਜਿਹੜੀ ਜਿਹੜੀ ਚੀਜ਼ਾਂ ਦੇ ਅੰਦਰ ਲੋੜ ਹੁੰਦੀ ਹੈ ਜਿੱਥੇ ਅਸੀਂ ਪਹਿਲਾਂ ਦੇਖਦੇ ਹਾਂ ਵੀ ਚਾਹੇ ਛੋਟੀਆਂ ਗੱਡੀਆਂ ਹੋਣ ਜਾਂ ਫਿਰ ਜਿਵੇਂ ਵੱਡੇ ਤੌਰ ਦੇ ਉੱਤੇ ਕਈ ਥਾਂ 'ਤੇ ਲੋੜ ਪੈਂਦੀ ਹੈ ਤਾਂ ਉੱਥੇ ਵਹੀਕਲ ਵੱਡਾ ਚਾਹੀਦਾ ਹੁੰਦਾ ਤਾਂ ਵਹੀਕਲ ਤਾਂ ਅੱਡ ਹੁਣ ਤੱਕ ਬਣੇ ਹੋਏ ਹੈਗੇ ਨੇਗੇ। ਪਰ ਇੰਨੀ ਵੱਡੀ ਜੇ ਕਿਹਾ ਜਾਵੇ ਤਾਂ ਉਹ ਲਗਜ਼ਰੀ ਬੱਸ ਜਿਹੜੀ ਤਿਆਰ ਕਰਕੇ ਸਪੈਸ਼ਲ ਗੁਰਦੁਆਰਾ ਸਾਹਿਬ ਨੂੰ ਭੇਂਟ ਕੀਤੀ ਹੈ ਅਤੇ ਇਹ ਵੀ ਤੁਸੀਂ ਦੇਖੋ ਕਿ ਆਪਦਾ ਕਿਤੇ ਨੌ ਤੱਕ ਹੈ ਜਿਹੜਾ ਉਸ ਬੰਦੇ ਨੇ ਨਾ ਮੈਂਸ਼ਨ ਕਰਿਆ ਨਾ ਦੱਸਿਆ ਹੈਗਾ। ਅਤੇ ਨਾਲ ਹੀ ਹੁਣ ਤੁਹਾਨੂੰ ਦਿਖਾ ਦਿੰਦੇ ਹਾਂ ਵੀ ਅੰਦਰੋਂ ਕਿਸ ਤਰ੍ਹਾਂ ਦੀ ਲਗਜ਼ਰੀ ਬੱਸ ਹੈ ਇਹ ਜਿਹੜੀ ਗੁਰਦੁਆਰਾ ਸਾਹਿਬ ਦੇ ਵਿੱਚ ਸ਼ਖਸ ਦਾਨ ਕਰਕੇ ਗਿਆ ਹੈ। ਅਤੇ ਨਾਲ ਇਹ ਵੀ ਕਹਿ ਸਕਦੇ ਹਾਂ ਵੀ ਇਕੱਲਾ ਇਹ ਨਹੀਂ, ਹੁਣ ਤੱਕ ਪਤਾ ਨਹੀਂ ਕਿੰਨੀਆਂ ਵਹੀਕਲ ਹੈ ਜਿਹੜਾ ਜਿੰਨਾ ਆਸੇ ਪਾਸੇ ਤੁਸੀਂ ਖੜੀਆਂ ਬੱਸਾਂ ਟਰੱਕ ਟਰੈਕਟਰ ਜਾਂ ਲਗਜ਼ਰੀ ਗੱਡੀਆਂ ਤੱਕ ਜੇ ਕਹੀਏ ਕਿ ਜਿਹੜੇ ਲੋਕ ਦੇ ਕੇ ਗਏ ਨੇਗੇ ਤਾਂ ਉਹਨਾਂ ਦਾ ਕੋਈ ਜਿਵੇਂ ਕਹੀਏ ਬੇਅੰਤ ਆ, ਕੋਈ ਅੰਤ ਨਹੀਂ ਹੈਗਾ। ਤਾਂ ਹੁਣ ਤੁਹਾਨੂੰ ਬੱਸ ਦਿਖਾ ਦਿੰਦੇ ਅੰਦਰੋਂ ਵੀ ਕਿਸ ਤਰ੍ਹਾਂ ਦੀ ਹੈ ਅਤੇ ਕੀ ਚੀਜ਼ਾਂ ਨੇ ਜਿਹੜੇ ਉਹ ਇਹਦੇ ਅੰਦਰ ਸਪੈਸ਼ਲ ਤੌਰ 'ਤੇ ਲਾਈਆਂ ਗਈਆਂ ਨੇ ਤਾਂ ਕਿ ਅਸਵਾਰਾ ਸਾਹਿਬ ਦੇ ਲਈ ਕਿਸ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਾ ਆਵੇ ਅਤੇ ਬੜੇ ਇੱਕ ਚੰਗੇ ਮਾਹੌਲ ਦੇ ਵਿੱਚ ਅਤੇ ਚੰਗੇ ਢੰਗ ਦੇ ਨਾਲ ਅਸਵਾਰਾ ਸਾਹਿਬ ਨੂੰ ਭਜਾਇਆ ਸੀ। ਇਸ ਲਗਜ਼ਰੀ ਬੱਸ
ਇਤਿਹਾਸ ਦੀ ਜੇ ਅੰਦਰੋਂ ਗੱਲ ਕੀਤੀ ਜਾਵੇ ਤਾਂ ਪੂਰੇ ਧਾਰਮਿਕ ਤੌਰ ਦੇ ਉੱਤੇ ਤਮਾਮ ਜਿਹੜੀ ਰਵਾਇਤਾਂ ਨੂੰ ਦੇਖਦੇ ਹੋਏ ਅਤੇ ਜਿਹੜੀ ਸਾਡੀ ਮਰਿਆਦਾ ਹੈਗੀ ਉਹਨੂੰ ਦੇਖਦੇ ਹੋਏ ਅੰਦਰੋਂ ਤਿਆਰ ਕੀਤੀ ਗਈ ਹੈ। ਜਗ੍ਹਾ ਜਗ੍ਹਾ ਦੇ ਉੱਤੇ ਜੇ ਦੇਖਿਆ ਜਾਵੇ ਤਾਂ ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਗੁਰੂ ਤੇਗ ਬਹਾਦਰ ਜੀ ਦੇ ਜਿਹੜੀਆਂ ਤਸਵੀਰਾਂ ਸੁਸ਼ੋਭਿਤ ਕੀਤੀਆਂ ਨੇ ਅਤੇ ਨਾਲ ਹੀ ਜੇ ਤੁਹਾਨੂੰ ਦਿਖਾ ਦਈਏ ਹੁਣ ਜਿਹੜਾ ਤੁਸੀਂ ਪਿਛਲਾ ਪਾਸਾ ਦੇਖੋਗੇ ਜਿੱਥੇ ਅਸਵਾਰਾ ਸਾਹਿਬ ਦੇ ਲਈ ਹੈ ਜਿਹੜੀ ਸੇਵਾ ਕਰਾਈ ਹੈ ਤਾਂ ਤੁਸੀਂ ਦੇਖੋ ਕਿ ਗੁਰੂ ਗ੍ਰੰਥ ਸਾਹਿਬ ਦੀ ਬੀੜ ਰੱਖਣ ਨੂੰ ਲੈ ਕੇ ਬੜੇ ਹੀ ਸੋਹਣੇ ਢੰਗ ਦੀ ਜਿਹੜੀ ਪਲਕੀ ਸਾਹਿਬ ਹੈ ਉਹ ਸੁਸ਼ੋਭਿਤ ਕੀਤੀ ਆ। ਦੂਜੇ ਪਾਸੇ ਆਸੇ ਪਾਸੇ ਬੈਠਣ ਨੂੰ ਲੈ ਕੇ ਅਤੇ ਪੂਰੀ ਏ ਸੀ ਇਹ ਬੱਸ ਹੈ ਅਤੇ ਤੁਹਾਨੂੰ ਖਾਸ ਤੌਰ 'ਤੇ ਵੀ ਦੱਸਦਾ ਮੈਂ, ਇਹਦੇ ਬਹੁਤੇ ਰਸਤੇ ਹੈ ਨਹੀਂ ਅੰਦਰ ਆਉਣ ਜਾਣ ਦੇ ਵਾਸਤੇ, ਸਿਰਫ ਇੱਕ ਦਰਵਾਜ਼ਾ ਹੈ ਜਿਹੜਾ ਕਿ ਉਹ ਵੀ ਡਰਾਈਵਰ ਦੀ ਮਰਜ਼ੀ ਦੇ ਨਾਲ ਹੀ, ਯਾਨੀ ਕਿ ਜੋ ਸਿੰਘ ਡਰਾਈਵਰ ਦੇ ਤੌਰ ਦੇ ਉੱਤੇ ਜਾਣਗੇ ਨਾਲ ਤਾਂ ਉਹਨਾਂ ਦੀ ਮਰਜ਼ੀ ਦੇ ਨਾਲ ਹੀ ਉਹ ਖੁੱਲੂਗਾ ਅਤੇ ਸਿਰਫ ਇੱਕ ਐਂਟਰੀ ਹੈਗੀ ਜਿਹੜੀ ਉਹ ਇਹਦੀ ਰੱਖੀ ਗਈ ਹੈਗੀ। ਅਤੇ ਖਾਸ ਤੌਰ 'ਤੇ ਧਿਆਨ ਰੱਖਿਆ ਗਿਆ ਕਿ ਅੰਦਰ ਸਾਫ਼ ਸਫਾਈ ਨੂੰ ਲੈ ਕੇ ਜਿਹੜਾ ਕਿ ਕੋਈ ਧੂੜ ਮਿੱਟੀ ਨਾ ਪਵੇ। ਫਿਰ ਅੰਦਰਲੀ ਜਿਹੜੀ ਤੁਸੀਂ ਜੇ ਇਹਦੀ ਫਿਟਿੰਗ ਦੇਖੋਗੇ ਅਤੇ ਖਾਸ ਤੌਰ 'ਤੇ ਜਿਹੜੀ ਇਹਦੀ ਜੇ ਕਿਹਾ ਜਾਵੇ ਇਹਨੂੰ ਜਿਸ ਤਰ੍ਹਾਂ ਦੇ ਨਾਲ ਮੋਡੀਫਾਈ ਕੀਤਾ ਹੈਗਾ ਕਿਉਂਕਿ ਸਿਰ ਜਿਹੜੀ ਬੱਸ ਦੀ ਬਾਡੀ ਹੈ ਜਿਸ ਤਰ੍ਹਾਂ ਜਦੋਂ ਲਾਈ ਗਈ ਹੈ ਤਾਂ ਉਦੋਂ ਬਾਅਦ ਵਿੱਚ ਜਦੋਂ ਇਹਨੂੰ ਮੋਡੀਫਾਈ ਕਰਿਆ ਤਾਂ ਪੂਰੇ ਧਾਰਮਿਕ ਤੌਰ ਦੇ ਉੱਤੇ ਰੀਤੀ ਰਿਵਾਜ਼ਾਂ ਨੂੰ ਦੇਖਦੇ ਹੋਏ ਹੀ ਤਿਆਰ ਕੀਤਾ ਗਿਆ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਪਰੇਸ਼ਾਨੀ ਆਵੇ ਨਾ। ਤਾਂ ਇਹ ਇੱਕ ਤਸਵੀਰ ਦਿਖਾਉਂਦੀ ਹੈ ਗੁਰੂ ਦੇ ਪ੍ਰਤੀ ਪਿਆਰ ਦੇ ਉਸ ਸ਼ਖਸ ਦੀ, ਜਾਂ ਕਹੀਏ ਕਿ ਉਹਨਾਂ ਲੋਕਾਂ ਦੀ ਜਿਹੜੇ ਉਰੇ ਲਗਾਤਾਰ ਸੇਵਾ ਕਰ ਰਹੇ ਨੇਗੇ। ਜੇਕਰ ਇੱਕ ਇੱਕ ਚੀਜ਼ ਨੂੰ ਤੁਸੀਂ ਦੇਖੋ ਤਾਂ ਇੱਕ ਇੱਕ ਚੀਜ਼ ਜਿਹੜੀ ਉਸ ਪੂਰੇ ਮਾਹੌਲ ਦੇ ਨਾਲ ਮੈਚ ਕਰਦੀ ਹੈ, ਲਾਈਟਿੰਗ ਤੋਂ ਲੈ ਕੇ ਪਰਦਿਆਂ ਤੋਂ ਲੈ ਕੇ ਅਤੇ ਜਿਹੜਾ ਸਪੈਸ਼ਲ ਤੌਰ ਦੇ ਉੱਤੇ ਜਿਹੜਾ ਮਟੀਰੀਅਲ ਫਿੱਟ ਕੀਤਾ ਗਿਆ ਉਹ ਵੀ ਖਾਸ ਤੌਰ 'ਤੇ ਚੀਜ਼ ਦਾ ਧਿਆਨ ਰੱਖਿਆ ਗਿਆ ਵੀ ਕੋਈ ਜਿਹੜੀਆਂ ਸਾਡੀ ਧਾਰਮਿਕ ਮਰਿਆਦਾ ਹੈਗੀ ਉਹਨੂੰ ਕਿਸੇ ਤਰ੍ਹਾਂ ਦੇ ਨਾਲ ਪੂਰਾ ਮੈਚ ਕਰਦਾ ਹੋਵੇ। ਆਮ ਤੌਰ 'ਤੇ ਪਹਿਲਾਂ ਅਸੀਂ ਦੇਖਿਆ ਵੀ ਗੁਰਦੁਆਰਾ ਸਾਹਿਬ ਸਿੰਘ ਸ਼ਹੀਦਾਂ ਅਸੀਂ ਜਦੋਂ ਪਹਿਲਾਂ ਵੀ ਦੇਖੇ ਨੇ ਕਿ ਬਹੁਤ ਤਰ੍ਹਾਂ ਦੀ ਲੋਕਾਂ ਨੇ ਸੇਵਾ ਕਰਵਾਈ ਹੈ ਅਤੇ ਉਸ ਸੇਵਾ ਦੇ ਵਿੱਚ ਜਦੋਂ ਗੱਲ ਕਰਦੇ ਹਾਂ ਤਾਂ ਹਰ ਇੱਕ ਹੁਣ ਤੱਕਰ ਕਦੇ ਵੀ ਇਹ ਚੀਜ਼ ਨਹੀਂ ਕਿਸੇ ਨੇ ਜ਼ਿਆਦਾਤਰ ਮੈਂਸ਼ਨ ਨਹੀਂ ਕੀਤੀ ਹੈਗੀ ਵੀ ਕੌਣ ਇਸ ਦਾਨ ਦਾ ਜਿਹੜਾ ਜ਼ਿੰਮੇਵਾਰ ਹੈ, ਯਾਨੀ ਕਿ ਇਸ ਦਾਨ ਕਿਹਦੇ ਵੱਲੋਂ ਕੀਤਾ ਗਿਆ, ਬਲਕਿ ਹਰ ਕਿਸੇ ਨੇ ਇਹ ਗੁਪਤ ਦਾਨ ਦੇ ਤੌਰ ਦੇ ਉੱਤੇ ਹੀ, ਚਾਹੇ ਉਰੇ ਦੀ ਸੇਵਾ ਜਿਹੜੀ ਇਮਾਰਤਾਂ ਦੀ ਹੋ ਰਹੀ ਹੈਗੀ, ਚਾਹੇ ਵਹੀਕਲ ਦੀ ਗੱਲ ਕੀਤੀ ਜਾਵੇ, ਵਹੀਕਲ ਤਾਂ ਉਰੇ ਜੇ ਕਿਹਾ ਜਾਵੇ ਕਿ ਇੰਨੇ ਕੁ ਬੇਅੰਤ ਹੁਣ ਤੱਕਰ ਜਿਹੜੇ ਨੇ ਕਿ ਦਾਨੀ ਸੱਜਣਾਂ ਨੇ ਦਾਨ ਕਰੇ ਨੇ ਕਿ ਆਸੇ ਪਾਸੇ ਜਦੋਂ ਨਜ਼ਰ ਦੌੜਾਓ ਤਾਂ ਵੱਡੀ ਗਿਣਤੀ ਦੇ ਵਿੱਚ ਜਿਹੜਾ ਵਹੀਕਲ ਆ ਉਹ ਉੱਥੇ ਦਾਨ ਕੀਤਾ ਗਿਆ। ਤਾਂ ਤੁਸੀਂ ਦੇਖਿਆ ਕਿ ਜਿਹੜੀ ਅੰਦਰੋਂ ਬੱਸ ਤਿਆਰ ਕਰਕੇ ਜਿਹੜੀ ਇਹ ਪੂਰੀ ਦੀ ਪੂਰੀ ਇੱਕ ਅਲੱਗ ਦੀ ਬੱਸ ਆ ਜਿਹੜੀ ਉਹ ਦਿੱਤੀ ਆ, ਤਾਂ ਉਹਦੇ ਵਿੱਚ ਕਿਹਾ ਜਾ ਸਕਦਾ ਹੈਗਾ ਕਿ ਇਹ ਗੁਰੂ ਦੇ ਪ੍ਰਤੀ ਲੋਕਾਂ ਦਾ ਪਿਆਰ ਆ ਅਤੇ ਉਹ ਮਾਨ ਸਨਮਾਨ ਅਤੇ ਦੂਜੇ ਪਾਸੇ ਨਾਲ ਇਹ ਵੀ ਚੀਜ਼ ਪਤਾ ਲੱਗਦੀ ਹੈ ਵੀ ਜਦੋਂ ਅਸੀਂ ਗੁਰੂ ਨੂੰ ਯਾਦ ਰੱਖਦੇ ਹਾਂ ਅਤੇ ਹਮੇਸ਼ਾ ਨਹੀਂ ਭੁੱਲਦੇ ਹੈਗੇ। ਅਤੇ ਆਮ ਤੌਰ 'ਤੇ ਅਸੀਂ ਇਹ ਗੱਲ ਮੈਂ ਤਾਂ ਕਹਿ ਰਿਹਾ ਕਿਉਂਕਿ ਸ਼ੁਕਰਾਨੇ ਵੇਲੇ ਅਕਸਰ ਲੋਕ ਕਿਤੇ ਨਾ ਕਿਤੇ ਕੋਈ ਤਰ੍ਹਾਂ ਦੀ ਘੋਲ ਕਰ ਜਾਂਦੇ ਨੇ, ਪਰ ਬਹੁਤ ਸਾਰੇ ਲੋਕ ਇਸ ਤਰ੍ਹਾਂ ਦੇ ਵੀ ਨੇਗੇ ਵੀ ਜਿਹੜੇ ਤੁਸੀਂ ਇਹ ਚੀਜ਼ ਦੇਖੋ ਜੇ ਅਸੀਂ ਮੋਟੇ ਜਿਹੇ ਤੌਰ 'ਤੇ ਦੇਖੀਏ ਤਾਂ ਆਖਰ ਕਿੰਨਾ ਵੱਡਾ ਕਿਸੇ ਦਾ ਜਿਹੜਾ ਕੰਮ ਹੈ ਕੋਈ ਹੋਇਆ ਹੋਣਾ, ਜਾਂ ਫਿਰ ਕਹੀਏ ਕਿ ਗੁਰੂ ਦੇ ਪ੍ਰਤੀ ਉਹਦੀ ਆਸਥਾ ਬੰਦੇ ਦੀ ਕਿੰਨੀ ਆ ਕਿ ਇੰਨੀ ਮਹਿੰਗੀ ਅਤੇ ਐਡੀ ਲਗਜ਼ਰੀ ਬੱਸ ਬਿਨਾਂ ਆਪਦੇ ਨਾਮ ਪਤਾ ਦੱਸੇ ਗੁਰਦੁਆਰਾ ਸਾਹਿਬ ਨੂੰ ਹੈ ਜਿਹੜਾ ਸੇਵਾ ਭੇਟ ਕਰਕੇ ਗਿਆ। ਅਤੇ ਇਸੇ ਤਰ੍ਹਾਂ ਦੇ ਨਾਲ ਇੱਥੇ ਹੋਰ ਵੀ ਜਿਹੜਾ ਵਹੀਕਲ ਆ, ਜੇ ਤੁਸੀਂ ਦੇਖੋ ਆ ਤੁਹਾਨੂੰ ਪਿਛਲੀ ਵਾਰ ਦਿਖਾਈ ਸੀ ਅਸੀਂ ਜਦੋਂ ਕੋਈ ਲੱਖਾਂ ਰੁਪਏ ਦੀ ਗੱਡੀ ਹੈ ਜਿਹੜੀ ਉਹ ਲਗਜ਼ਰੀ ਗੱਡੀ ਆ ਉਹ ਦਾਨ ਕਰਕੇ ਗਿਆ ਸੀ। ਫਿਰ ਜਿਹੜਾ ਜੇ ਤੁਸੀਂ ਆਸੇ ਪਾਸੇ ਆਹ ਦੇਖ ਲਓ ਇਹ ਸਾਰਾ ਹੀ ਵਹੀਕਲ ਤਕਰੀਬਨ ਹੈ ਜਿਹੜਾ ਉਹ ਦਾਨੀ ਸੱਜਣਾਂ ਦੀ ਸੇਵਾ ਕੀਤੀ ਹੋਈ ਹੈ, ਜਿਹਦੇ ਵਿੱਚ ਕਿਸੇ ਨੇ ਵੀ ਕਦੇ ਅਜ਼ਹਿਮਤ ਨਹੀਂ ਸਮਝੀ ਵੀ ਮੈਂ ਆਪਦਾ ਕੋਈ ਨਾਂ ਥੈ ਚਮਕਾ ਲਾਂ। ਨਹੀਂ ਤਾਂ ਆਮ ਕਰਕੇ ਅਸੀਂ ਦੇਖਦੇ ਹਾਂਗੇ ਕਿ ਲੋਕ ਕਈ ਵਾਰ ਪੱਖਾ ਲਵਾ ਕੇ ਆਪਦਾ ਨਾਂ ਲਿਖਣ ਤੱਕ ਜਾਂਦੇ ਨੇ, ਪਰ ਉਹਨੇ ਲੱਖਾਂ ਰੁਪਈਆਂ ਦੀ ਸੇਵਾ ਦੇ ਕੇ ਵੀ ਲੋਕਾਂ ਨੇ ਆਪਦਾ ਜ਼ਿਕਰ ਤੱਕ ਨਹੀਂ ਗਾ ਕੀਤਾ ਹੈਗਾ। ਵੀਡੀਓ ਜਰਨਲਿਸਟ ਜੱਸੀ ਦਿਨਾਂ ਸਮਿਸੀ ਰੋਜ਼ਾਨਾ ਸਪੋਕਸਮੈਨ ਟੀਵੀ ਮੋਹਾਲੀ।